रूपनगर शहर के बड़ी हवेली इलाके में बीती रात चोरों ने सरकारी प्राइमरी स्कूल के साथ साथ एक किराना स्टोर व गैस एजेंसी के ताले तोड़कर चोरी की घटना को अंजाम दिया। ये घटना वाले तीनों स्थल बिल्कुल पास पास हैं। चोरों ने गैस एजेंसी की ग्रिल तोड़कर अंदर घुसकर सभी दरवाजों के लॉक तोड़े और चोरी करने की कोशिश की। गैस एजेंसी में लैपटॉप को चुरा कर ले गए। एजेंसी में लगे सीसीटीवी कैमरे में पूरी घटना कैद हुई है। इसी तरह चोरों ने गैस एजेंसी के पास एक किराना स्टोर का ताला तोड़कर उसका गल्ला चुराकर सामने वाले स्कूल के अंदर जाकर गल्ले को तोड़कर उसमें से कैश उड़ा लिया तथा स्कूल की अलमारियां भी तोड़ी गई। गैस एजेंसी की मालकिन सुरेंद्र कौर का कहना है कि इसी गैस एजेंसी में 16 अक्टूबर को भी चोरी हुई थी तथा चोरों ने उस वक्त 6 लाख के करीब नकदी चुराई थी और अभी तक पुलिस इस घटना में उड़ाए गए पैसे व चोरों को ढूंढने में नाकाम रही है और अब दूसरी तरफ फिर चोरों ने चोरी की घटना को अंजाम दिया है। स्थिति है जी, 16-9 ਨੂੰ ਜਿਹੜੀ ਚੋਰੀ ਹੋਈ ਆ 6.5 ਲੱਖ ਤੋਂ 7 ਦੇ ਵਿੱਚ ਵਿੱਚ ਹੋਈ ਆ ਮੇਰੀ। 2 ਦਿਨ ਦੀ ਸੇਲ ਸੀ, ਕੁਝ ਕਨੈਕਸ਼ਨਾਂ ਦੀ ਪੇਮੈਂਟ ਸੀ ਜਿਹੜੀ ਕਿ ਸਾਰੀ ਚੋਰੀ ਹੋ ਗਈ ਆ। ਹੁਣ ਫਿਰ ਰਾਤ ਫਿਰ ਚੋਰੀ ਹੋ ਗਈ ਆ। ਹੁਣੇ ਮੈਨੂੰ ਪਤਾ ਲੱਗਿਆ ਤਾਂ ਮੈਂ ਇੱਥੇ ਪਹੁੰਚੀ ਆ ਤਾਂ ਸਾਰੇ ਤਾਲੇ ਵਗੈਰਾ ਟੁੱਟੇ ਹੋਏ ਪਏ। ਤੇ ਕੀ ਕਹਿਣਾ ਚਾਹੋਗੇ ਤੁਸੀਂ ਪੁਲਿਸ ਦੀ ਕਾਰਗੁਜ਼ਾਰੀ ਤੇ ਹੁਣ ਤੱਕ? ਪੁਲਿਸ ਦੀ ਕਾਰਵਾਈ ਦੇ ਵਿੱਚ ਇਹ ਹੈ ਕਿ ਮੈਂ ਬਹੁਤ ਵਾਰੀ ਪੁਲਿਸ ਨੂੰ ਇਨਫੋਰਮ ਕਰ ਚੁੱਕੀ ਆ, ਆਂਦੇ ਨੇ ਬਿਆਨ ਜਿਹਾ ਲਿਖ ਕੇ ਲੈ ਜਾਂਦੇ ਨੇ। ਹੁਣ ਤੱਕ ਕੁਝ ਵੀ ਨਹੀਂ ਬਣਿਆ ਹੈਗਾ ਮੇਰਾ, ਕੋਈ ਨਹੀਂ ਪਤਾ ਲੱਗਿਆ ਵੀ ਕਿਸਨੇ ਚੋਰੀ ਕੀਤੀ ਆ, ਕੋਈ ਉਹਨਾਂ ਦੀ ਥਾਂ ਪਤਾ ਨਹੀਂ ਲੱਗ ਰਿਹਾ ਹਜੇ ਤੱਕ। ਕੋਈ ਪੁਲਿਸ ਨੇ ਕਾਰਵਾਈ, ਮੈਂ ਤਾਂ ਇਹ ਕਹਾਂਗੀ ਵੀ ਨਹੀਂ ਹੋ ਰਹੀ ਹੈਗੀ, ਕਿਉਂਕਿ ਸ਼ਹਿਰ 'ਚ ਵੀ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ। ਮੇਰੇ ਹੀ ਪੜੋਸ ਦੇ ਵਿੱਚ ਰਾਤ ਮੇਰੇ ਵੀ ਚੋਰੀ ਹੋਈ ਆ ਤੇ ਮੇਰੇ ਪੜੋਸੀਆਂ ਦੇ ਵੀ ਚੋਰੀ ਹੋਈ ਆ। 10-15 ਹਜ਼ਾਰ ਦੇ ਕਰੀਬ ਕਹਿੰਦੇ ਉਹਨਾਂ ਦੇ ਲੈ ਗਏ ਨੇ। ਨੁਕਸਾਨ ਹੈਗਾ ਇਸ ਟਾਈਮ ਤਾਂ ਮੇਰਾ ਹਜੇ ਕੋਈ ਨੁਕਸਾਨ ਨਹੀਂ ਹੋਇਆ, ਬਸ ਲੋਕ ਲੋਕ ਸਾਰੇ ਤੋੜੇ ਹੋਏ ਨੇ, ਲੈਪਟਾਪ ਲੈ ਗਏ ਨੇ। ਲੈਪਟਾਪ ਜੋ ਕਿ ਰਿਕਾਰਡਿੰਗ ਦੇ ਵਿੱਚ ਵੀ ਆਇਆ ਹੋਇਆ, ਚੁੱਕਦੇ ਦਿਖਾ ਰਹੇ ਨੇ, ਲੈਪਟਾਪ ਲੈ ਗਏ ਨੇ ਚੁੱਕ। ਘਟਨਾ ਹੋਈ ਆਪਣੇ? ਆਪਣਾ ਇੱਕ ਦੁਕਾਨ ਦਾ ਜੰਦਾ ਤੋੜਿਆ ਜੀ, ਇੱਕ ਤੋੜ ਕੇ 10,000 ਰੁਪਈਆ ਲੈ ਗਏ ਜੀ। ਬਾਕੀ ਅਜੇ ਦੇਖਦੇ ਹਾਂ ਜੀ ਸਮਾਨ ਕੀ ਹੋਇਆ ਨੁਕਸਾਨ। ਕੀਤਾ ਚੋਰਾਂ ਨੇ ਕੀ ਨੁਕਸਾਨ ਹੈਗਾ? ਸਾਡੀ ਜੀ 3 ਅਲਮਾਰੀਆਂ ਖੋਲੀਆਂ ਹੋਈਆਂ ਸੀ, ਪਹਿਲਾਂ ਬਾਹਰਲਾ ਵੀ ਲੋਕ ਖੋਲਿਆ ਹੋਇਆ, ਤੋੜਿਆ ਹੋਇਆ ਸੀ ਲੋਕ ਦੇ ਪੇਚਕਸ ਨਾਲ, ਪੇਚਕਸ ਵੀ ਬੜਾ ਖਰਾਬ ਪਿਆ ਸੀ ਇੱਥੇ, ਅਤੇ ਬਾਕੀ ਕਮਰੇ ਨਾਲ ਮਿਸਟਰੀ ਵਗੈਰਾ ਸਾਰੇ ਲੱਗੇ ਹੋਏ ਜੀ ਆਪਣੇ। LED ਪਈ ਹੈ, ਸਿਲੰਡਰ ਵੀ ਹੈ, ਬਾਕੀ ਇੱਥੇ ਸਮੋਕਿੰਗ ਕੀਤੀ ਹੋਈ ਹੈ ਜੀ, ਸਾਡੇ ਬਹੁਤ ਜ਼ਿਆਦਾ ਖਾਧਾ ਪੀਤਾ, ਪਾਰਟੀ ਜਾਇਜ਼ ਬਣਾਈ ਹੁੰਦੀ ਉਹਨਾਂ ਨੇ। ਹਾਂਜੀ ਸਮੋਕਿੰਗ ਸਰ ਪਈ ਹੋਈ ਹੈ, ਤੁਸੀਂ ਭਾਵੇਂ ਵਿਚਲ ਦੇ ਸਕਦੇ ਉਹਨਾਂ ਨੂੰ, ਸਿਗਰਟ ਵਗੈਰਾ ਪਈ ਹੈ। ਕੀ ਹੈਗੀ ਸਾਰੀ ਘਟਨਾ ਹੈ? ਗੈਸ ਏਜੰਸੀ 'ਚ ਇਸ ਤਰ੍ਹਾਂ ਹੋ ਕੇ ਗ੍ਰਿਲ ਪੁੱਟ ਕੇ ਦਾਖਲ ਹੋ ਕੇ ਅਤੇ ਇਹਨੇ ਟਰੋਲਾ ਫਰਾਲੀ ਕੀਤੀ ਹੈ, ਪਰ ਕੋਈ ਨੁਕਸਾਨ ਨਹੀਂ ਹੋਇਆ। ਅਤੇ ਇੱਕ ਨਾਲ ਕਰਿਆਨੇ ਦੀ ਦੁਕਾਨ ਹੈ, ਉਹਦੇ 'ਚੋਂ ਵੀ ਇੱਕ ਗੱਲਾ ਚੱਕਿਆ, ਉਹ ਨਾਲ ਉਹ ਸਕੂਲ ਦੇ ਗਰਾਊਂਡ 'ਚੋਂ ਮਿਲ ਗਿਆ, ਉੱਥੇ ਵੀ ਟਰੋਲਾ ਫਰਾਲੀ ਕੀਤੀ ਹੈ। ਹਾਲੇ ਕੋਈ ਪੜਤਾਲ ਚੱਲ ਰਹੀ ਹੈ, ਜੋ ਵੀ ਹੋਊਗਾ ਇਹਨਾਂ ਦੇ ਨੁਕਸਾਨ ਬਾਰੇ ਲੜੀ। एन स्टार न्यूज के लिए रोपड़ से जसपीर सैनी की रिपोर्ट।